अज श्रोमणी गुरद्वारा प्रबंधक कमेटी वालों गुरद्वारा सारागढ़ी साहब जो अमृतसर साहब दरबार साहब के बिल्कुल नेड़े स्थित है उत्थे सारागढ़ी जंग के महान शहीदों नूं याद किया गया जिन्हां ने 12 सितंबर 1897 ईस्वी नूं सारागढ़ी की जंग दे विच महान भूमिका निभाई। हवालदार ईश्वर सिंह की अगवाई दे विच ਇਹ ਬਹਾਦਰੀ ਅਤੇ ਸੂਰਬੀਰਤਾ ਦੇ ਨਾਲ ਸਿੰਘ ਲੜੇ ਅਤੇ ਸ਼ਹੀਦੀ ਦਾ ਜਾਮ ਪ੍ਰਾਪਤ ਕੀਤਾ। ਜਦੋਂ ਇਹਨਾਂ ਦੀ ਖਬਰ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇੰਗਲੈਂਡ ਪਹੁੰਚੀ ਤਾਂ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੇ ਆਪਣੇ ਬੈਂਚਾਂ ਤੋਂ ਖੜ੍ਹੇ ਹੋ ਕੇ ਕੁਰਸੀਆਂ ਤੋਂ ਖੜ੍ਹੇ ਹੋ ਕੇ ਸਵਾਗਤ ਕੀਤਾ ਔਰ ਇਹਨਾਂ ਨੂੰ ਉਸ ਸਮੇਂ ਸਭ ਨਾਲੋਂ ਵੱਡਾ ਅਵਾਰਡ ਜਿਹਦਾ ਨਾਮ ਸੀ ਇੰਡੀਅਨ ਆਰਡਰ ਆਫ ਮੈਰਿਟ ਜੋ ਅੱਜ ਦੇ ਵਿਕਟੋਰੀਆ ਕ੍ਰਾਸ ਦੇ ਬਰਾਬਰ ਹੈ ਉਹ ਦਿੱਤਾ ਗਿਆ। ਕੱਲਾ ਇੰਨਾ ਹੀ ਨਹੀਂ ਇਹਨਾਂ ਦੀ ਮਹਾਨ ਸ਼ਹੀਦੀ ਨੂੰ ਇੰਗਲੈਂਡ ਸਰਕਾਰ ਨੇ ਫੈਸਲਾ ਕੀਤਾ ਕਿ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਅਤੇ ਉੱਥੋਂ ਦੇ ਸਿਲੇਬਸ ਦੇ ਵਿੱਚ ਇਹ ਪਾਠ ਪੁਸਤਕਾਂ ਦੇ ਅੰਦਰ ਸਾਰਾਗੜੀ ਦੀ ਜੰਗ ਨੂੰ ਸ਼ਾਮਿਲ ਕੀਤਾ ਗਿਆ। ਅੱਜ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਨੇ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਇਤਿਹਾਸਕ ਦਿਹਾੜਾ ਮਨਾਇਆ ਹੈ ਜਿਸ ਦੇ ਵਿੱਚ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਸਾਨੂੰ ਇਹਨਾਂ ਯੋਧਿਆਂ ਤੋਂ ਜੋ ਕੁਰਬਾਨੀ ਇਤਿਹਾਸ ਦੀ ਪ੍ਰੇਰਨਾ ਦਿੰਦੇ ਨੇ ਉਹ ਸਾਡੇ ਲਈ ਮਾਰਗਦਰਸ਼ਨ ਹੈ। ਸਾਨੂੰ ਪ੍ਰਾਊਡ ਹੈ, ਮਾਣ ਹੈ ਇਹਨਾਂ 21 ਸਿੰਘਾਂ ਦੇ ਉੱਪਰ ਜਿਨ੍ਹਾਂ ਨੇ ਸਮੁੱਚੇ ਵਿਸ਼ਵ ਦੇ ਵਿੱਚ ਖਾਲਸਾ ਪੰਥ ਦਾ ਨਾਮ ਰੋਸ਼ਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।